ਮਾਈ ਡੀਅਰ ਸਟੂਡੈਂਟਸ ਵੈਲਕਮ ਟੂ ਵਿਦਿਆ ਇੰਗਲਿਸ਼ ਕਲਾਸ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਮੌਕ ਟੈਸਟ ਜਿਹੜਾ ਕਿ ਰਿਪੋਰਟਰ ਸਪੀਚ ਦੇ ਨਾਲ ਰਿਲੇਟਡ ਹੈ ਤੇ ਰਿਲੇਟਿਵ ਕਲੋਜ਼ ਦੇ ਨਾਲ ਰਿਲੇਟਡ ਹੈ ਠੀਕ ਹੈ ਜੀ ਸੋ ਇਹ ਜੋ ਰਿਪੋਰਟਰਡ ਸਪੀਚ ਹੈ ਇਹ ਤੁਹਾਡੀ ਨਰੇਸ਼ਨ ਹੀ ਹੈ ਤੇ ਇਹਦੇ ਵਿੱਚ ਜੋ ਟੈਸਟ ਪਾਇਆ ਗਿਆ ਟੈਸਟ ਸੀਰੀਜ਼ ਪਾਈ ਗਈ ਹੈਗੀ ਉਹਦਾ ਬੈਨੀਫਿਟ ਕੀ ਹੈ ਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਰਿਪੋਰਟਡ ਸਪੀਚ ਤੇ ਰਿਲੇਟਿਵ ਕਲॉज ਕੀ ਸਮਝ ਆ ਚੁੱਕੇ ਨੇ ਜਾਂ ਨਹੀਂ ਆ ਚੁੱਕੇ ਨੇਗੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇੰਨਾ ਵੀਡੀਓਜ਼ ਇੰਨਾ ਟੈਸਟ ਨਾਲ ਰਿਲੇਟਡ ਜੋ ਵੀਡੀਓਜ਼ ਨੇ ਰੂਲਸ ਰੈਗੂਲੇਸ਼ਨ ਨਾ ਹੈ ਉਹਨਾਂ ਦੇ ਲਈ ਵੀ ਵੀਡੀਓਜ਼ ਨੇ ਕਿ ਆਲਰੇਡੀ ਅਪਲੋਡ ਕੀਤੀਆਂ ਜਾ ਚੁੱਕੀਆਂ ਲੱਗੀਆਂ ਠੀਕ ਹੈ ਸੋ ਹੁਣ ਆਪਾਂ ਸਟਾਰਟ ਕਰੀਏ ਓਕੇ ਯੈਸ ਓਕੇ ਲੈਟਸ ਸਟਾਰਟ ਸੋ ਦਾ ਵੈਰੀ ਫਰਸਟ ਕੁਐਸਚਨ ਇਜ਼ ਫਸਟ ਕੁਐਸਚਨ ਚ ਲਿਖਿਆ ਹੋਇਆਗਾ ਕਿ ਤਿੰਨ ਜੋ ਸੈਂਟੈਂਸ ਦਿੱਤੇ ਨੇਗੇ ਫਸਟ ਵਾਲੀ ਸੈਂਟੈਂਸ ਦੇ ਵਿੱਚ ਉਹਦੇ ਵਿੱਚ ਹੋ ਸਕਦਾ ਕਿ ਤਿੰਨੋਂ ਸੈਂਟੈਂਸ ਠੀਕ ਹੋਣ ਤੇ ਹੋ ਸਕਦਾ ਇਹਨਾਂ ਵਿੱਚ ਲਿਖਿਆ ਹੋਵੇ ਵੀ ਕੋਈ ਨਾ ਕੋਈ ਵਰਡ ਤੁਹਾਨੂੰ ਲੱਗ ਸਕਦਾ ਕਿ ਇਸ ਸੈਂਟੈਂਸ ਦੇ ਵਿੱਚ ਅਨਨੈਸੈਸਰੀ ਆ ਤੁਸੀਂ ਵੇਖਣਾਗਾ ਕਿਹੜਾ ਵਰਡ ਅਨਨੈਸੈਸਰੀ ਹੈਗਾ ਤੇ ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਦਾ ਆਨਸਰ ਦੇਣਾਗਾ ਜੇ ਤੁਹਾਨੂੰ ਲੱਗਦਾ ਕੋਈ ਅਨਨੈਸੈਸਰੀ ਵਰਡ ਹੈ ਤੁਸੀਂ ਕੀ ਕਰਨਾ ਸਿੰਪਲੀ ਉਸ ਨੂੰ ਸੈਂਟੈਂਸ ਦੇ ਪਿੱਛੇ ਲਿਖ ਦੇਣਾਗਾ ओके okay. दे तो सेकंड ਹੈ ਉਹਦੇ ਵਿੱਚ ਇਹ ਦੇਖਣਾ ਤੁਸੀਂ ਕਿਹੜਾ ਵਰਡ ਜ਼ਿਆਦਾ கரੈਕਟ ਹੈਗਾ ਔਰ ਚਾਰ ਆਪਸ਼ਨ ਤੁਹਾਡੇ ਕੋਲ ਦਿੱਤੇ ਹੋਏ ਨੇ ਚਾਰਾਂ ਵਿੱਚੋਂ ਇੱਕ ਆਪਸ਼ਨ ਤੁਸੀਂ ਇਹਨਾਂ ਦੇ ਵਿੱਚ ਲਗਾ ਦੇਣਾ ਠੀਕ ਹੈ ਪੰਜ ਸੈਂਟੈਂਸ ਨੇਗੇ ਇੰਪੋਰਟੈਂਟ ਨੇਗੇ ਔਰ ਇਜ਼ੀ ਵੀ ਨੇਗੇ ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 3 ਕੰਬਾਈਨ ਦਾ ਇਨਫੋਰਮੇਸ਼ਨ ਟੂ ਮੇਕ ਨਿਊਜ਼ ਆਈਟਮ ਮੇਕ ਦਾ ਸੈਂਟੈਂਸ ਇਨ ਬ੍ਰੈਕਟ ਇੰਟੂ ਅ ਰਿਲੇਟਿਵ ਕਲੋਜ਼ ਵਿਦ ਹੂ ਔਰ ਵਿੱਚ ਤੁਸੀਂ ਕੀ ਕਰਨਾ ਤੁਹਾਡੇ ਕੋਲ ਨਾ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਤੁਸੀਂ ਕੀ ਕਰਨਾ ਇਹਨਾਂ ਨੂੰ ਕੰਬਾਈਨ ਕਰਨਾ ਤੇ ਸੈਂਟੈਂਸ ਬਣਾਉਣਾ ਤੇ ਜੋ ਬ੍ਰੈਕਟ ਦੇ ਵਿੱਚ ਵਰਡ ਦਿੱਤਾ ਹੋਇਆ ਹੈਗਾ ਉਹਨੂੰ ਤੁਸੀਂ ਯੂਜ਼ ਕਰਨਾਗਾ ਇੱਕ ਨਵਾਂ ਸੈਂਟੈਂਸ ਬਣਾਉਣ ਲੱਗਿਆ ਪਰ ਇਹ ਹੈ ਕਿ ਉਹਦੇ ਵਿੱਚ ਜੋ ਕਲੋਜ਼ ਹੋਣੇ ਚਾਹੀਦੇ ਜਿਹੜੀ ਕਿ ਹੂ ਤੇ ਵਿੱਚ ਰੈਲੇਟਿਵ ਪ੍ਰੋਨਾਉਨ ਦੇ ਨਾਲ ਸਟਾਰਟ ਹੋਣੀ ਚਾਹੀਦੀ ਹੈ ਠੀਕ ਹੈ ਅਗਿਲ ਸਮਝ ਦੇ ਵਿੱਚ ਕੁਐਸਚਨ ਨੰਬਰ ਜੋ 4 ਹੈ ਉਹਦੇ ਵਿੱਚ ਇਹ ਹੈ ਕਿ ਇੱਕ ਕਨਵਰਸੇਸ਼ਨ ਹੋ ਰਹੀ ਹੈ ਉਹਦੇ ਵਿੱਚ ਕਮੈਂਟ ਕਰਨਾ ਤੇ ਤੁਸੀਂ ਹੂ ਜਾਂ ਥੈਟ ਦੇ ਨਾਲ ਇੱਕ ਨਵਾਂ ਸੈਂਟੈਂਸ ਐਡ ਕਰਨਾਗਾ ਕਿੱਥੇ ਐਡ ਕਰਨਾਗਾ ਐਜ਼ ਅ ਸਬਜੈਕਟ ਆਫ ਦਾ ਅੰਡਰਲਾਈਨ ਪਾ ਜੋ ਅੰਡਰਲਾਈਨ ਕੀਤਾ ਹੋਇਆ ਹੈਗਾ ਤੁਸੀਂ ਉਹਦਾ ਸਬਜੈਕਟ ਬਣਾ ਕੇ ਹੂ ਜਾਂ ਥੈਟ ਦੇ ਨਾਲ ਸੈਂਟੈਂਸ ਕੰਪਲੀਟ ਕਰਨਾ ਠੀਕ ਹੈ ਸੋ ਇਹ ਚਾਰ ਕੁਐਸ਼ਨ ਸੀ ਕਿ ਦੋ ਕੁਐਸ਼ਨ ਤੁਹਾਡੇ ਲਈ ਹੋਰ ਦਿੱਤੇ ਹੋਏ ਹੈਗੇ ਨੇ ਕਿ ਇਹਦੇ ਵਿੱਚ ਤੇ ਇਹਨਾਂ ਦੋਨਾਂ ਦੇ ਵਿੱਚ ਕੀ ਹੈ ਜਿਵੇਂ ਕੁਐਸ਼ਨ ਨੰਬਰ 5 ਹੈ ਉਹਦੇ ਚ ਲਿਖਿਆ ਹੋਇਆਗਾ ਕਿ ਇਹਨਾਂ ਸੈਂਟੈਂਸ ਨੂੰ ਧਿਆਨ ਵਿੱਚ ਦੇਖੋ ਤੇ ਤੁਸੀਂ ਦੇਖਣਾਗਾ ਕਿ ਵੀ ਕਿ ਰੈਲੇਟਿਵ ਜਿਹੜਾ ਪ੍ਰੋਨਾਉਨ ਹੈ ਸਹੀ ਲੱਗਿਆ ਹੋਇਆ ਉੱਥੇ ਤੇ ਜਿਹੜਾ ਸਟਾਰ ਲੱਗਿਆ ਹੋਇਆ ਇੱਥੇ ਸਟਾਰ ਸਟਾਰ ਦੀ ਜਗ੍ਹਾ ਦੇ ਉੱਪਰ ਦੇਖਣਾ ਵੀ ਵੀ ਵਾਕੀ ਇੱਥੇ ਰੈਲੇਟਿਵ ਕਲੌਜ਼ ਦੀ ਰੈਲੇਟਿਵ ਪ੍ਰੋਨਾਉਨ ਦੀ ਲੋੜ ਹੈ ਜਾਂ ਨਹੀਂ ਹੈਗੀ ਜੇ ਤੁਹਾਨੂੰ ਲੱਗਦਾਗਾ ਰੈਲੇਟਿਵ ਪ੍ਰੋਨਾਉਨ ਦੀ ਲੋੜ ਹੈ ਤਾਂ ਲਗਾ ਦਿਓ ਨਹੀਂ ਫਿਰ ਇੱਥੇ ਕੁਝ ਵੀ ਨਹੀਂ ਲਗਾਉਣਾਗਾ ਠੀਕ ਹੈ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਲਗਾਉਣ ਦੀ ਲੋੜ ਹੈ ਤੁਸੀਂ ਲਿਖੀ ਦਿਓਗੇ ਵੀ ਇਹੀ ਲੱਗੂਗਾ ਇੱਥੇ ਪਰ ਜੇ ਤੁਹਾਨੂੰ ਲੱਗਦਾ ਵੀ ਨਹੀਂ ਲੋੜ ਹੈਗੀ ਤੁਸੀਂ ਇੱਥੇ ਸਿੰਪਲ ਕਹਿ ਦਿਓ ਨੋ ਰੈਲੇਟਿਵ pronoun is required okay question number 6 hai its election time all the politicians are arguing rewrite the first sentence using a preposition at the beginning of a relative clause so ere vich ki hai election da time aega politician jehre hai gade ik dooje na argue kar rahe ne tusi first sentence ajhe he tang nal likhna ga jide vich ki preposition honi chahindi hai ki relative clause de starting vich kafi important point hai kafi ਹੋਸਾ ਲਗਾ ਕੇ ਸੋਨੋ ਥੋੜਾ ਇਹ ਕਨਫਿਊਜ਼ ਕਰੇ ਕਿਉਂਕਿ ਜਿਹਨੇ ਪਹਿਲਾਂ ਨਹੀਂ ਵੇਖਿਆ ਕਿ ਰਿਲੇਟਿਵ ਕਲॉज ਦੇ ਵਿੱਚ ਪ੍ਰੈਪੋਜੀਸ਼ਨ ਵੀ ਲੱਗ ਸਕਦੀ ਉਹ ਵੀ ਅੱਗੇ ਲੱਗ ਸਕਦੀ ਹੈਗੀ ਤਾਂ ਉਹਨਾਂ ਲਈ ਥੋੜਾ ਜਿਹਾ ਇਹ ਕਨਫਿਊਜ਼ਿੰਗ ਹੋ ਸਕਦਾ ਪਰ ਡਰਨ ਦੀ ਲੋੜ ਨਹੀਂ ਹੈਗੀ ਇਹਦੇ ਲਈ ਵੀ ਜੋ ਵੀਡੀਓ ਹੈ ਇਹਦੇ ਰੂਲਸ ਨਾਲ ਰਿਲੇਟਡ ਵੀਡੀਓਜ਼ ਹੈ ਉਹ ਅਪਲੋਡ ਕੀਤੀ ਜਾ ਚੁੱਕੀ ਹੈਗੀ ਸੋ ਇਹ ਸੀ ਅੱਜ ਸਾਡੇ ਸੈਂਟੈਂਸ ਜੇ ਤੁਹਾਨੂੰ ਕਿਸੇ ਵੀ ਸੈਂਟੈਂਸ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈਗਾ ਤਾਂ ਬਿਨਾਂ ਹਿਚਕਿਚਾਏ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਦੂਸਰੀ ਗੱਲ ਇਹ ਵੀ ਹੈ ਕਿ ਤੁਸੀਂ ਵੀਡੀਓਜ਼ ਵੀ ਪਹਿਲਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨਾਂ ਕੁਐਸ਼ਨਜ਼ ਨੂੰ ਅਟੈਂਪਟ ਕਰਨਾਗਾ ਤੇ ਮੈਨੂੰ ਪੂਰੀ ਉਮੀਦ ਆ ਗਈ ਕਿ ਤੁਸੀਂ ਇਹ ਸਾਰੇ ਸਾਰੇ ਜਿਹੜੇ ਕੁਐਸ਼ਨਜ਼ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਅਟੈਂਪਟ ਕਰ ਸਕੋਗੇ ਆਲ ਦਾ ਵੈਰੀ ਵੈਰੀ ਵੈਸਟ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਸਬਸਕ੍ਰਾਈਬਿੰਗ ਲਾਈਕਿੰਗ ਐਂਡ ਸ਼ੇਅਰਿੰਗ आवर ਚੈਨਲ ਵਿਦਿਆ ਇੰਗਲਿਸ਼ ਕਲਾਸਸ